ਅੱਛਾ ਮੇਰਾ ਜ਼ਿੰਦਗੀ ਦਾ ਸਾਥੀ ਹੈ, ਇਹਦੇ ਨਾਲ ਹੀ ਜੀਣਾ ਤੇ ਇਹਦੇ ਨਾਲ ਹੀ ਮਰਨਾ। ਦਾਤਾ ਜ਼ੋਰ ਜੀ, ਪੁਰਾਣੀ ਨਾਰਕਲੀ ਚੌਂਕ ਜੀ, ਚੈਨ ਮੰਦਰ ਚੌਂਕ ਹੈਗਾ, ਹੈ ਜੀ ਮੈਟਰੋ ਜੈਨ ਮੰਦਰ ਮੈਟਰੋ ਸਟੇਸ਼ਨ। ਬਸ ਇਸੇ ਤਰ੍ਹਾਂ ਸਲਾਮਤ ਰੱਖੇ ਜੀ। ਇਹ ਇੱਕ ਪੁਰਜ਼ਾ ਜਿਹੜਾ ਅੱਜ ਸਾਡਾ ਬੁਸ਼ ਲੱਗੇਗਾ, ਛੋਟਾ ਜਿਹਾ ਚੱਲਿਆ, ਇਹਦੀ ਵਜ੍ਹਾ ਨਾਲ ਇਹ ਸਾਰਾ ਗੱਡੀ ਦਾ ਇੰਜਨ ਖੁੱਲ੍ਹੇਗਾ। ਹੈਡ ਇਹਦਾ ਪਿਸਟਨ ਹੈ, ਸਵਾ ਪੰਜ ਹੋ ਗਏ ਨੇ। ਮਾਸ਼ਾਅੱਲਾ ਜੀ, ਆਪਣਾ ਯਾਦਗਾਰ ਲਾ ਕੇ ਪਹੁੰਚ ਗਏ। 15-20 ਮਿੰਟ ਦਾ ਰਸਤਾ ਜਿੱਥੋਂ ਜਾ ਕੇ ਕੰਮ ਕਰਾਉਣਾ ਅਤੇ ਬਸ ਅੱਲਾ ਖੈਰ ਕਰੇ ਜੀ। ਮਾਸ਼ਾਅੱਲਾ 35-40 ਸਾਲ ਹੋ ਗਏ ਰਕਸ਼ਾ ਚਲਾਉਂਦੇ ਆ, ਅੱਲਾ ਨੇ ਡਿਊਟੀ ਲਾ ਦਿੱਤੀ। ਅੱਜ ਪੂਰੀ ਡਿਟੇਲ ਦੱਸਾਂਗਾ ਰਕਸ਼ੇ ਦਾ ਕੰਮ ਕਿਸ ਤਰ੍ਹਾਂ ਹੁੰਦਾ ਹੈ, ਕਿੰਨਾ ਖੁੱਲ੍ਹਣਾ ਪੈਂਦਾ, ਕਿੱਥੇ ਕਿੱਥੇ ਜਾਣਾ ਪੈਂਦਾ। ਦਾਤਾ ਜ਼ੋਰ ਜੀ, ਜ਼ਿਲ੍ਹਾ ਗੁੰਮਤ ਯੂਨੀਵਰਸਿਟੀ ਜੀ, ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਅੰਕਲ ਜੀ ਇਹ ਚੀਜ਼ਾਂ ਨਿੱਕੀਆਂ ਨਿੱਕੀਆਂ ਲੰਗਰ ਦੇ ਨਾਲ ਨਾਲ ਤੁਸੀਂ ਕਰਿਆ ਕਰੋ। ਇਹ ਭੰਗੀਆਂ ਦੀ ਤੋਪ ਚੌਂਕ ਆ ਗਿਆ ਜੀ, ਪੁਰਾਣੀ ਨਾਰਕਲੀ ਚੌਂਕ ਜੀ, ਲਾਹੌਰ ਦਾ ਸਭ ਤੋਂ ਪੁਰਾਣਾ ਇਲਾਕਾ ਪੁਰਾਣੀ ਨਾਰਕਲੀ ਜੀ। ਜੈਨ ਮੰਦਰ ਚੌਂਕ ਹੈਗਾ, ਇਹ ਵੀ ਲਾਹੌਰ ਦਾ ਇੱਕ ਐਸਾ ਇਲਾਕਾ ਹੈਗਾ ਪੁਰਾਣਾ, ਜਿੱਥੇ ਸਭ ਤੋਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਹੈ ਜੀ। ਮੈਟਰੋ ਜੈਨ ਮੰਦਰ ਮੈਟਰੋ ਸਟੇਸ਼ਨ ਗੱਡਾ ਆ ਗਿਆ ਜੀ। ਅਸੀਂ ਆਪਣੇ ਮਿਸਤਰੀ ਨੂੰ ਵੀ ਫੋਨ ਕਰ ਦਿੱਤਾ, ਮਿਸਤਰੀ ਸਾਹਿਬ ਕਹਿੰਦੇ ਨੇ ਜੀ ਆ ਰਹੇ ਹਾਂ। ਮਾਸ਼ਾਅੱਲਾ ਅਸੀਂ ਖਰਾਬੀ ਦੀ ਦੁਕਾਨ 'ਤੇ ਆ ਗਏ ਹਾਂ ਜੀ। ਮਾਸ਼ਾਅੱਲਾ ਅੱਲਾ ਨੇ ਬੜਾ ਇੱਕ ਨਾਂ ਦਿੱਤਾ ਅੱਲਾ ਦਾ, ਅੱਲਾ ਤਾਲਾ ਇਸੇ ਤਰ੍ਹਾਂ ਸਲਾਮਤ ਰੱਖੇ ਜੀ। ਇਹ ਇੱਕ ਪੁਰਜ਼ਾ ਜਿਹੜਾ ਅੱਜ ਸਾਡਾ ਬੁਸ਼ ਲੱਗੇਗਾ, ਉਸਤਾਦ ਹੋਣੀ ਲਾਣਗੇ ਜਿਹਦੇ ਵਾਸਤੇ ਰਹਿਣ ਦੇ ਖੁਸ਼ ਰਹਿਣ ਜੀ। ਉਸਤਾਦ ਜੀ ਦੇਖੋ ਹੁਣ ਸਹੀ ਜੀ, ਸਹੀ ਹੋ ਗਿਆ, ਜੇ ਨਹੀਂ ਤਾਂ ਆਪਣੀ ਮਰਜ਼ੀ ਨਾਲ ਮੰਗਾ ਲਓ। ਅੱਛਾ ਜੀ, ਕਰਾਲੀਆ ਕਹਿ ਰਹੇ ਜੀ ਛੱਲਾ ਲੈ ਗਿਆ, ਹੋਰ ਸਕੂਟਰ ਦਾ ਛੱਲਾ ਲੱਭ ਰਹੇ ਹਾਂ ਜੀ, ਸਕੂਟਰ ਦਾ ਛੱਲਾ ਨਹੀਂ ਲੱਭ ਰਿਹਾ। ਉਹ ਛੱਲਾ ਤਾਂ ਬੜੀ ਅੱਜ 5-7 ਰੁਪਏ ਦਾ, ਮਗਰ ਕੰਮ ਪੂਰੀ ਗੱਡੀ ਦਾ, ਦੇਖਦੇ ਹਾਂ ਅੱਲਾ ਖੈਰ ਜੀ।
ਅੱਛਾ ਜੀ, ਇਹ ਇੱਕ ਛੱਲਾ ਛੋਟਾ ਜਿਹਾ ਦੇਖੇ, ਛੋਟਾ ਜਿਹਾ ਛੱਲਾ, ਇਹਦੀ ਵਜ੍ਹਾ ਨਾਲ ਇਹ ਸਾਰਾ ਗੱਡੀ ਦਾ ਇੰਜਨ ਖੁੱਲੇਗਾ। ਪੂਰੀ ਡਿਟੇਲ ਤੁਹਾਨੂੰ ਦੱਸਾਂਗਾ ਅੱਜ ਕਿਸ ਤਰ੍ਹਾਂ ਸਾਰੀ ਜ਼ਿੰਦਗੀ 'ਚ ਇੰਜਨ ਬਣਦਾ ਖੁੱਲਦਾ ਰਿਹਾ। ਅਤੇ ਮਾਸ਼ਾਅੱਲਾ ਇਸ ਤੋਂ ਅੱਲਾ ਨੇ ਇੱਜ਼ਤ ਵੀ ਦਿੱਤੀ ਹੈ, ਘਰ ਬਾਰ ਵੀ ਦਿੱਤਾ, ਬੀਵੀ ਬੱਚੇ ਦੋਤਰੇ ਪੋਤਰੇ ਮਾਸ਼ਾਅੱਲਾ ਅੱਲਾ ਨੇ ਸਭ ਕੁਝ ਦੇ ਦਿੱਤਾ। ਅੱਲਾ ਤਾਲਾ ਕਬੂਲ ਕਰੇ ਜੀ, ਅੱਲਾ ਤਾਲਾ ਸਭ ਨੂੰ ਦੇ। ਆਮੀਨ। ਅੱਛਾ ਜੀ, ਮਾਸ਼ਾਅੱਲਾ ਸਾਧਨ ਆ ਗਏ ਨੇ ਜੀ, 12 ਦਾ ਟਾਈਮ ਹੋ ਗਿਆ, ਦੇਖੋ ਕਿੰਨਾ ਟਾਈਮ ਲੱਗਦਾ ਅੱਜ ਫਿਰ ਗੱਡੀ ਨੂੰ। ਇਹਦਾ ਹੁਣ ਇੰਜਨ ਖੋਲਣਗੇ, ਸਾਧਨ ਸਮਾਨ ਕੱਢਣ ਡਿਆ ਨੇ ਜੀ। ਮਾਸ਼ਾਅੱਲਾ 35 ਤੋਂ 40 ਸਾਲ ਸਾਡੇ ਇਹਨਾਂ ਨਾਲ ਤਾਲੁਕਾਤ ਨੇ। ਅੱਜ ਬਲੌਗ ਬਣਾਉਣ ਦਾ ਮਤਲਬ ਇਹੋ ਕਿ ਲੰਗਰ ਦੇ ਨਾਲ ਨਾਲ ਤੁਹਾਨੂੰ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਨਾ ਦਿਖਾਇਆ ਕਰੀਏ ਕਿ ਜ਼ਿੰਦਗੀ ਦੇ ਵਿੱਚ ਕੀ ਕੁਝ ਕਿਸ ਤਰ੍ਹਾਂ ਕਰਕੇ ਹੋਇਆ, ਅਤੇ ਕਿੰਨੀ ਦਫ਼ਾ ਗੱਡੀਆਂ ਦੇ ਕੰਮ ਹੁੰਦੇ ਨੇ, ਅਤੇ ਕਿਸ ਤਰ੍ਹਾਂ ਹੁੰਦੇ ਨੇ। ਅੱਜ ਪੂਰੀ ਡਿਟੇਲ, ਅੱਲਾ ਖੈਰ ਜੀ। ਭਾਅ ਜੀ ਮਾਸ਼ਾਅੱਲਾ ਹੁਣ ਇਹ ਪੱਲੇ ਬਾਹਰ ਆਉਣਗੇ ਅੱਜ। ਤੁਸੀਂ ਦੇਖੋ ਮਾਸ਼ਾਅੱਲਾ ਜੀ, 10 ਰੁਪਏ ਦਾ ਛੱਲਾ ਹੈ। ਅੱਜ ਤੁਹਾਨੂੰ ਪੂਰੀ ਡਿਟੇਲ ਸੁਰੱਖਿਆ ਦੀ ਦੱਸਾਂਗੇ ਜੀ। ਬਾਕੀ ਲਾਈਕ ਸਬਸਕ੍ਰਾਈਬ ਕਰਕੇ ਦੱਸਣਾ ਤੇ ਵੀਡੀਓ ਬਣਾਇਆ ਕਰੀਏ ਇਸ ਤਰ੍ਹਾਂ ਦੀਆਂ, ਲੰਗਰ ਦੇ ਨਾਲ ਨਾਲ ਲੰਗਰ ਦੇ ਕੰਮ 'ਚ ਸ਼ਾਮਿਲ ਹੋ ਜਾਈਏ, ਇਜ਼ਾਫਾ ਹੋ ਜਾਵੇ ਸਾਡਾ। ਹੈਡ ਇਹਦਾ ਪਿਸਟਨ ਹੈ। ਅੱਜ ਮੈਂ ਤੁਹਾਨੂੰ ਆਪਣੇ ਪੂਰੇ ਰਕਸ਼ੇ ਦੀ ਡਿਟੇਲ ਦੱਸਾਂਗਾ। ਵੀਡੀਓ ਅੱਛੀ ਲੱਗੇ ਤਾਂ ਜ਼ਰੂਰ ਮੈਨੂੰ ਲਾਈਕ ਕਰਕੇ ਕਮੈਂਟ ਕਰਕੇ ਦੱਸਣਾ ਕਿ ਅੰਕਲ ਜੀ ਲੰਗਰ ਦੇ ਨਾਲ ਨਾਲ ਇਹੋ ਜਿਹੀਆਂ ਵੀਡੀਓ ਬਣਾਇਆ ਕਰੋ। ਤਾਂ ਪੂਰੇ ਲਾਹੌਰ ਦੇ ਵਿੱਚ 5 ਤੋਂ 10 ਰਕਸ਼ੇ ਹੋਣੇ ਨੇ ਜੀ, ਕਿਸੇ ਦੌਰ ਦੇ ਵਿੱਚ ਰਕਸ਼ੇ ਰਕਸ਼ੇ ਹੁੰਦੇ ਸੀ ਟੂਰਿਸਟ ਤੋਂ। ਇੱਥੋਂ ਤੇਲ ਨਿਕਲਦਾ ਦੁਨੀਆ ਹੈ, ਰਿਜ਼ਕ ਜਿਸ ਤਰ੍ਹਾਂ ਕਿਸੇ ਦਾ ਲਿਖਿਆ, ਉਹ ਸਰਕਟ ਨਿਜ਼ਾਮ ਜਿਹੜਾ ਚੱਲਦਾ। ਮੈਂ ਕਿ ਦੇਖੋ ਅੱਲਾ ਖੈਰ ਕੀਤੀ, ਬੁਸ਼ ਲੱਗਦਾ ਚੱਲਦਾ, ਲਾਲ ਤਾਂਬਾ ਜਿਹਨੂੰ ਕਹਿੰਦੇ ਨੇ। ਹਾਂ ਇਹ ਤਾਂ ਬਿਲਕੁਲ ਸਹੀ ਹੈ। ਗਰਾਰੀਆਂ, ਵੇਟ, ਕੰਬਲ ਗਰਾਰੀਆਂ, ਨੁਕਸ ਹੈ ਜਗ੍ਹਾ 'ਤੇ ਜੀ। ਇਹ
ਜਿਹੜੀ ਹੈ ਮਾਸ਼ਾਅੱਲਾ ਛੋਟਾ ਜਿਹਾ ਛੱਲਾ ਹੈ ਜਿਹਦੀ ਵਜ੍ਹਾ ਤੋਂ ਬਾਹਰ ਭਾਰੀ ਮਿਹਨਤ ਹੈ ਸਾਡੇ 10 ਰੁਪਏ ਦੀ ਚੀਜ਼ ਹੈ ਮਾਸ਼ਾਅੱਲਾ ਬਸ ਸਾਜੀ ਅੱਗੇ ਲੱਗਾ ਹੋਇਆ ਨਾ ਕੁਛ ਗਰਮ ਕਰਕੇ ਹੈ ਨਾ ਹੋਇਆ ਨਾ ਬਸ ਉਦੋਂ ਦਾ ਫਿਰ ਹੋਇਆ ਹੀ ਨਹੀਂ ਤੇ ਸਮਝ ਲਓ ਕਿ ਉਦੋਂ ਦਾ ਹੀ ਆਊਟ ਹੋਇਆ ਕੋਲੇ ਚਲੋ ਅੱਲਾ ਖੈਰ ਕੀਤੀ ਹੁਣ ਫਿਰ ਕੁਛ ਲੱਗੇਗਾ ਇਹਨੂੰ ਮੈਜਿਕ ਲੱਗੇਗੀ ਗਰਮ ਹੋਏਗਾ ਇਹ ਕੁਛ ਬਣੇ ਆ ਕੁਛ ਇਹ ਛੱਲਾ ਹੈ ਇਹ ਸਿਰਫ ਛੱਲੇ ਦੀ ਵਜ੍ਹਾ ਤੋਂ ਪੂਰਾ ਇੰਜਨ ਖੁੱਲਦਾ ਕਿਹੜਾ ਬਾਰੀ ਕਿੱਥੇ ਤੁਹਾਡੀ ਦਾ ਟੁੱਟ ਗਈ ਜੀ ਤਾਂਬੇ ਦਾ ਪੀਸ ਹੈ ਜਿਹੜੀ ਦੁਬਾਰਾ ਬੁਸ਼ ਬਣਦਾ ਪਿਆ ਬਾਹਰ ਵਿੱਚ ਮਿਹਨਤ ਹੈ ਪਹਿਲਾਂ ਬੁਸ਼ ਹੈਗਾ ਟੁੱਟ ਗਿਆ ਅੱਛਾ ਜੀ ਗੱਡੀ ਖੁੱਲੀ ਸੀ ਤੇ ਸੋਚਿਆ ਨਾਲ ਇਹਦੇ ਜੰਪ ਵੀ ਪਾਜਾਂ ਅਤੇ ਸਾਥ ਨਾਲ ਖੈਰ ਜੰਪ ਵੀ ਖੋਲ੍ਹ ਦਿੱਤੇ ਨੇ ਬਸ ਹੁਣ ਅੱਲਾ ਕੀਤਾ ਜੰਪ ਵੀ ਉਹਦੇ ਬਚ ਜਾਣਗੇ ਅਤੇ ਜੰਪ ਜਿਹੜੇ ਨੇ ਰੱਖੇ ਦੇ ਆ ਇਹ ਨਿਰਾਣ ਹੁੰਦੇ ਨੇ ਇਹ ਸਭ ਇਹ ਦੀਆਂ ਪਲੇਟਾਂ ਨੇ ਅੱਛਾ ਜੀ 4:15 ਹੋ ਗਏ ਨੇ ਜੀ ਹੁਣ ਇਹਦਾ ਬੁਸ਼ ਲੱਗਾ ਹੁਣ ਦੇਖੋ ਮਾਸ਼ਾਅੱਲਾ ਜੀ ਸਾਥ ਹੁਣ ਸਫਾਈ ਕਰ ਰਹੇ ਨੇ ਹੁਣ ਇਸ ਇੰਜਨ ਨੂੰ ਤਿਆਰ ਕੀਤਾ ਜਾਏਗਾ ਅੱਗੋਂ ਫਿਰ ਸਾਡੇ ਨਸੀਬ ਤੇਲ ਰੁਕਦਾ ਕਿ ਨਹੀਂ ਰੁਕਦਾ ਦੇਖ ਲੈ ਕਿ ਛੱਲੇ ਕੀ ਵਜ੍ਹਾ ਸੇ ਪੂਰਾ ਇੰਜਨ ਜੋ ਹੈ ਨਾ ਉਲਟਾ ਹੈ
ਇਹ ਵੀਡੀਓ ਬਣਾਉਣ ਦਾ ਮਤਲਬ ਇਹੋ ਹੀ ਹੈ ਕਿ ਜਿਸ ਤਰ੍ਹਾਂ ਤੁਸੀਂ ਮੇਰੀਆਂ ਲੰਗਰ ਦੀਆਂ ਵੀਡੀਓ ਵੇਖ ਰਹੇ ਹੋ ਨਾ, ਅਗਰ ਇਹ ਚੀਜ਼ਾਂ ਤੁਹਾਨੂੰ ਪਸੰਦ ਨੇ ਤਾਂ ਮੈਂ ਲੰਗਰ ਦੇ ਨਾਲ ਨਾਲ ਇਸ ਲੰਗਰ ਦੀ ਖਾਤਰ ਇਹ ਚੀਜ਼ਾਂ ਵੀ ਛੋਟੀਆਂ ਛੋਟੀਆਂ ਨਾਲ ਤੁਹਾਨੂੰ ਸ਼ੇਅਰ ਕਰਦਾ ਰਹਾਂਗਾ। ਮੁਖਤਲਿਫ ਕਿਸਮ ਦੀਆਂ ਚੀਜ਼ਾਂ ਉਸਤਾਦ ਹੋਣੀ ਨੂੰ ਫਿੱਟ ਕਰ ਰਹੇ ਨੇ, ਬਿਲਕੁਲ ਇਹਦਾ ਇੱਕ ਨਿਸ਼ਾਨ ਹੁੰਦਾ, ਉਹ ਨਿਸ਼ਾਨ ਦੇ ਹਿਸਾਬ ਨਾਲ ਫਿੱਟ ਕਰਨੀ ਹੁੰਦੀ। ਹਲਕੀ ਹਵਾ ਭਰ ਵੀ ਉੱਤਿਆਂ ਦੀ ਵੀ ਹੋ ਜਾਵੇ ਤਾਂ ਸਟਾਰਟਿੰਗ 'ਚ ਫਰਕ ਪੈਂਦਾ। ਜੀ ਉਹ ਸ਼ਿਲਟ ਲੱਗ ਰਹੀ ਹੈ ਜੀ ਸਾਹਮਣੇ, ਇਹਦਾ ਪਿਸਟਨ ਹੈ। ਸ਼ਿਲਟ ਲੱਗਣ ਤੋਂ ਬਾਅਦ ਇਹਦਾ ਹੈਡ ਕੱਸਿਆ ਜਾਏਗਾ, ਹੈਡ ਕੱਸਣ ਤੋਂ ਬਾਅਦ ਫਿਰ ਸ਼ਿਲਟ ਲੱਗੇਗੀ ਨਾਲ ਇਹਦੇ, ਫਿਰ ਸਮਝ ਲਓ ਕਿ ਇੰਜਨ ਦੀ ਫਿਟਿੰਗ ਪੂਰੀ ਹੋ ਗਈ, ਫਿਰ ਤੇਲ ਵਗੈਰਾ ਪਵੇਗਾ। ਰੋਡ 'ਤੇ ਜਿਹੜੀ ਦੁਕਾਨ ਹੈਗੀ ਹੈ ਨਾ ਜੀ, ਇਹ ਗੇਅਰ ਚੇਂਜਰ, ਇਹਦੇ ਨਾਲ ਗੱਡੀ ਦੇ ਗੇਅਰ ਪੈਂਦੇ ਨੇ। ਇਹ ਜੀ ਪਾਕਿਸਤਾਨੀ ਜੁਗਾੜ ਰਿੰਗ ਜਿਹੜੇ ਨੇ ਪਾਲਿਸ਼ ਹੋ ਰਹੇ। ਮੁਬਲਾ ਲਾਇਆ ਜਾਏਗਾ, ਮੁਬਲਾ ਲਾਉਣ ਤੋਂ ਬਾਅਦ ਐਡੇ 'ਤੇ ਕੱਸਿਆ ਜਾਏਗਾ। ਇਹਦੀਆਂ ਪੋਟਾਂ ਪੂਟਾਂ ਨੇ ਸਾਫ਼ ਹੋਣਗੀਆਂ, ਅਤੇ ਜਿਹਨੂੰ ਕਹਿੰਦੇ ਜੀ ਗੱਡੀ ਦਾ ਸਾਹ ਖੁੱਲ੍ਹ ਜਾ। ਹਾਂਜੀ ਉਹ ਹੀ ਰੌਲਾ ਜੀ, ਜੈਨ ਥੋੜ੍ਹੇ ਜਿਹੇ ਰੱਖਣੇ ਪੈਣਗੇ ਕਿ ਗੱਡੀ ਦੇ ਪਿੱਕ ਬਣੇ, ਪ੍ਰੈਸ਼ਰ ਬਣੇ ਜਿਹਨੂੰ ਕਹਿੰਦੇ ਤਾਕਤ। ਇਹ ਮਾਸ਼ਾਅੱਲਾ 35-40 ਸਾਲ ਪੁਰਾਣਾ ਹੈ, 1982 ਮਾਡਲ, 80 ਮਾਡਲ ਹੈ, 80 ਮਾਡਲ। ਮਾਸ਼ਾਅੱਲਾ ਇਹ ਸੁਬਹ 12 ਵਜੇ ਦਾ ਸ਼ੁਰੂ ਕੀਤਾ ਅਤੇ 5:15 ਹੋ ਗਏ ਨੇ, ਕਮ ਸੇ ਕਮ ਇੱਕ ਘੰਟਾ ਸਾਨੂੰ ਜੇ ਹੋਰ ਲੱਗ ਜਾਣਾ।
ਹਾਂਜੀ ਜੀ ਮਾਸ਼ਾਅੱਲਾ ਤੁਹਾਨੂੰ ਪਤਾ ਕਿ ਲੰਗਰ ਦੇ ਨਾਲ ਨਾਲ ਜਿਸ ਤਰ੍ਹਾਂ ਕਿ ਇਸ ਨਾ ਪਾ ਦੀ ਇਹਦੀ ਹੈਡਲਾਈਟ ਵੀ ਸੜ ਗਈ ਹੈ ਅਤੇ ਤੇਲ ਬਦਲਾਵਾਂਗੇ ਜੀ ਅੱਲਾ ਖੈਰ ਕੀਤੀ ਫਿਰ ਆਪਣੀ ਡਿਊਟੀ ਹਫ਼ਤਾ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਹਫ਼ਤਾ ਤਵਾਰ ਤੇਜ਼ ਤੇਲ ਗਈ ਅੱਲਾ ਖੈਰ ਜੀ ਬਸ ਸੁਬਾਹ 11 ਵਜੇ ਤੇ ਲੱਗੇ ਨਾ ਗੱਡੀ ਨੂੰ ਉਹ 6 ਵਜੇ ਤੀਕਰ ਫਾਰਗ ਹੋ ਜਾਵਾਂਗੇ ਜੀ ਅੱਲਾ ਖੈਰ ਇੰਜਨ ਫਿੱਟ ਕਰ ਦਿੱਤਾ ਜੀ ਸਹੀ ਪੈ ਰਹੀ ਹੈ ਅੱਜ ਤੋਂ 30-35-40 ਸਾਲ ਪਹਿਲੇ ਜੀ ਰਾਤ ਨੂੰ ਕੰਮ ਕਰਾਈਦਾ ਸੀ ਰਾਤ ਪੂਰੀ ਵਿਹਲੇ ਹੋਈਦਾ ਸੀ ਰਾਤ ਦੇ ਟਾਈਮ ਬਹਿ ਜਾਣਾ ਗੱਪਾਂ ਮਾਰਨੀਆਂ ਨਾਲ ਗੱਡੀਆਂ ਦੇ ਕੰਮ ਕਰਾਉਣੇ ਉਹਨਾਂ ਨਾ ਵਕਤ ਰਿਹਾ ਨਾ ਲੋਕ ਰਹੇ ਨੇ ਹੈਲੋ ਗੱਡੀ ਸਟਾਰਟ ਹੋ ਗਈ ਹੈ ਆਸਾ ਆਸਾ ਰਵਾਂ ਹੋਏਗਾ ਜੀ ਅੱਲਾ ਤਾਲਾ ਸਾਡੀ ਆਖਰਤ ਅੱਛੀ ਕਰੇ ਸਾਡੇ ਬੀਵੀ ਬੱਚੇ ਭੈਣ ਭਰਾਵਾਂ ਦੀ ਸਭ ਦੀ ਖੈਰ ਹੋ ਯਾਰ ਸੱਜਣਾ ਦੀ ਖੈਰ ਹੋ ਲੰਗਰ ਜਿੱਸਾ ਪਾਉਣ ਵਾਲਿਆਂ ਦੀ ਖੈਰ ਹੋ ਜਿਹੜੇ ਲੰਗਰ ਜਿੱਸਾ ਨਹੀਂ ਪਾ ਰਹੇ ਅੱਲਾ ਤਾਲਾ ਉਹਨਾਂ ਦੀ ਵੀ ਖੈਰ ਮਗਰ ਉਹਨਾਂ ਵਾਸਤੇ ਆਪਸ਼ਨ ਹੈ ਕਿ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਕਮੈਂਟ ਕਰੋ ਜਿਹੜਾ ਲੰਗਰ ਹਫ਼ਤੇ 'ਚ 3 ਦਿਨ ਪੱਕਦਾ ਹੈ ਮਾਸ਼ਾਅੱਲਾ ਮਜ਼ੀਦ ਅਸੀਂ ਲੰਗਰ ਨੂੰ ਵਧਾਈਏ ਜ਼ਿੰਦਗੀ ਦਾ ਸਾਥੀ ਹੈ 1980 'ਚ ਕਢਾਇਆ ਸੀ ਰਿਕਸ਼ਾ ਅੱਲਾ ਦਾ ਸ਼ੁਕਰ ਹੈ ਬੱਚੇ ਪੜ੍ਹਾਏ ਨੇ ਲਿਖਾਏ ਨੇ ਆਖਰਤ ਵਿੱਚ ਸਾਡੀ ਲੰਗਰ ਦੀ ਡਿਊਟੀ ਲੱਗ ਗਈ ਜਿਹਦੇ ਪਾਸੇ ਰਹਿ ਜੀ ਪੁੱਛ ਰਹੇ ਦੁਆ ਦੇ ਸਕਣਾ ਖਾਣ ਵਾਲਿਆਂ ਦੀ ਖੈਰ ਵੰਡਣ ਵਾਲਿਆਂ ਦੀ ਖੈਰ ਪਕਾਉਣ ਵਾਲਿਆਂ ਦੀ ਖੈਰ ਚੈਨਲ ਲਾਈਕ ਸਬਸਕ੍ਰਾਈਬ ਸ਼ੇਅਰ ਕਰਨ ਵਾਲਿਆਂ ਦੀ ਖੈਰ ਅੱਲਾ ਤਾਲਾ ਸਭ ਦੀ ਖੈਰ ਕਰੇ ਜੀ ਜਿਹਦੇ ਪਾਸੇ ਰਹੇ